오나라. ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਕੈਨੇਡਾ ਵਿੱਚ ਇੱਕ ਮੁਲਕ ਇੱਕ ਬੋਲੀ ਵਾਲੇ ਦਿੱਤੇ ਬਿਆਨ ਤੋਂ ਬਾਅਦ ਪੰਜਾਬੀਆਂ ਦਾ ਰੋਹ ਭਖਦਾ ਜਾ ਰਿਹਾ ਹੈ। ਕੈਨੇਡਾ ਦੇ ਐਬਸਫੋਰਡ ਵਿੱਚ ਰੋਸ ਪ੍ਰਗਟਾ ਰਹੇ ਪੰਜਾਬੀਆਂ ਨੂੰ ਸਟੇਜ ਉੱਤੋਂ ਹੀ ਗੰਦੀ ਗਾਲ ਕੱਢਣ ਤੋਂ ਬਾਅਦ ਇਹ ਰੋਹ ਹੋਰ ਵੀ ਤਿੱਖਾ ਹੋ ਗਿਆ। 21 ਸਤੰਬਰ ਨੂੰ ਐਬਸਫੋਰਡ ਤੋਂ ਬਾਅਦ 22 ਦੀ ਰਾਤ ਮਾਨ ਦਾ ਐਡਮਿੰਟਨ ਵਿੱਚ ਸ਼ੋਅ ਸੀ। ਇਸ ਮੌਕੇ 200 ਦੇ ਕਰੀਬ ਪੰਜਾਬੀਆਂ ਨੇ ਗੁਰਦਾਸ ਮਾਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਕੁਝ ਨੇ ਸ਼ੋਅ ਦੀਆਂ ਟਿਕਟਾਂ ਵੀ ਫਾੜ ਦਿੱਤੀਆਂ। ਗੁਰਦਾਸ ਮਾਨ ਦੀ ਭੱਦੀ ਸ਼ਬਦਾਵਲੀ ਅਤੇ RSS ਦੇ ਏਜੰਡੇ ਵਾਲੀ ਸੋਚ ਦਾ ਅਸਰ ਉਸਦੇ ਸ਼ੋਅ 'ਤੇ ਵੀ ਖੂਬ ਦਿਸਿਆ। ਵਿਰੋਧ ਕਾਰਨ ਐਡਮਿੰਟਨ ਵਿੱਚ 2300 ਕੁਰਸੀਆਂ ਵਾਲੇ ਹਾਲ ਵਿੱਚ ਕਰੀਬ 1800 ਕੁਰਸੀਆਂ ਖਾਲੀ ਹੀ ਰਹੀਆਂ। ਮਸਾਂ 500 ਲੋਕ ਹੀ ਮਾਨ ਨੂੰ ਸੁਣਨ ਪਹੁੰਚੇ, ਜਦਕਿ ਇਸ ਤੋਂ ਪਹਿਲਾਂ ਸਦਾ ਗੁਰਦਾਸ ਮਾਨ ਦੇ ਸ਼ੋਅ ਹਾਊਸਫੁੱਲ ਰਹਿੰਦੇ ਸੀ। ਸੰਗਤ ਦੀ ਜਿਹੜੀ ਉੱਥੇ ਇਸ ਇਨਸਾਨ ਨੇ ਸ਼ਬਦਾਵਲੀ ਵਰਤੀ ਆ ਉਹ ਜਾਣੀ ਕਿ ਨਹੀਂ ਸਹਿਣ ਜੋਗੀ। ਇਸ ਕਰਕੇ ਅੱਜ ਛੋਟੇ ਜਿਹੇ ਨੋਟਿਸ ਦੇ ਉੱਤੇ ਐਡਮਿੰਟਨ ਦੀਆਂ ਸਿੱਖ ਸੰਗਤਾਂ, ਸਾਡੇ ਬਜ਼ੁਰਗ, ਸਾਡੀ ਨੌਜਵਾਨ ਪੀੜ੍ਹੀ ਜਾਣੀ ਕਿ ਸਾਡੇ ਨਾਲ ਮੋਢੇ ਨਾਲ ਮੋਢਾ ਜਾਣ ਕੇ ਜੋੜ ਕੇ ਤੁਰੀਆਂ ਨੇ ਅਤੇ ਹੁਣ ਅਸੀਂ ਇੱਥੇ ਇਕੱਤਰ ਹੋਏ ਸਾਂ ਅਤੇ ਜਿਹੜਾ ਕਿ ਹੁਣ ਸਾਡਾ ਇੱਕ ਕਾਫਲਾ ਜਿਹੜਾ ਉਹ ਬਣ ਕੇ ਡਾਊਨ ਟਾਊਨ ਚੁਗਲੀ ਜਿੱਥੇ ਇਹਦਾ ਸ਼ੋਅ ਉੱਥੇ ਪਹੁੰਚਣ ਜਾ ਰਹੀਆਂ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ ਜਿਹੜਾ ਕੰਮ ਕਰੀਏ ਉਹ ਜਾਣੀ ਕਿ ਸ਼ਲਾਘਾਯੋਗ ਹੋਵੇ। ਆਪਾਂ ਜੇ ਉਹਦਾ ਵਿਰੋਧ ਕਰਨਾ ਤੇ ਵਿਰੋਧ ਪੂਰੀ ਸ਼ਾਂਤਮਈ ਤਰੀਕੇ ਦੇ ਨਾਲ ਕਰਨਾ। ਗੁਰਦਾਸ ਮਾਨ ਇਨੀ ਦਿਨੀ ਕੈਨੇਡਾ ਦੇ ਦੌਰੇ ਤੇ ਨੇ।
ਕੈਨੇਡਾ ਦੀਆਂ ਕਈ ਥਾਵਾਂ ਤੇ ਹਾਲੇ ਗੁਰਦਾਸ ਮਾਨ ਦੇ ਸ਼ੋਅ ਬਾਕੀ ਨੇ। ਮਾਨ ਦੇ ਵਿਵਾਦਿਤ ਬਿਆਨ ਤੋਂ ਬਾਅਦ ਕੈਨੇਡਾ ਵਿੱਚ ਵਸਦੇ ਪੰਜਾਬੀ ਉਹਨਾਂ ਦੇ ਹਰ ਸ਼ੋਅ ਮੌਕੇ ਵਿਰੋਧ ਕਰਨ ਲਈ ਲਾਮਬੰਦ ਹੋ ਗਏ ਨੇ। ਬਿਊਰੋ ਰਿਪੋਰਟ, ਦ ਖਾਲਸ ਟੀਵੀ।